ਦਿਲ ਦਾ ਇੰਜਣ ਸਭ ਤੋਂ ਪੁਰਾਣਾ ਦੇਖ ਇਹ ਆ ਅੰਗਰੇਜ਼ਾਂ ਦੇ ਟਾਈਮ ਦਾ ਘੈਂਟ ਚੀਜ਼ ਹੈ ਵੈਰੀ ਗੁੱਡ ਦੇਖੋ ਇਹਦੇ ਚੱਕੇ ਦੇਖੋ ਕੱਡੇ ਕੱਡੇ ਚੱਕੇ ਨੇ ਇਹਦੇ ਇਹ ਸੀਗਾ ਦੇਖ ਲਓ ਪਤਾ ਨਹੀਂ ਕਿੰਨਾ ਘੈਂਟ ਹੈ ਆਪਾਂ ਤੁਹਾਨੂੰ ਨੇੜੇ ਜਾ ਕੇ ਵੀ ਦਿਖਾਉਂਦੇ ਹਾਂ ਇਹ ਆਪਾਂ ਨਾ ਦੇਖਦੇ ਇਹਦੇ ਨੇੜੇ ਜਾ ਕੇ ਇੱਥੇ ਦੇਖਦੇ ਕਿਤੇ ਪਾਸੇ ਆ ਸ਼ਾਇਦ ਆ ਹੈਗਾ ਹੁਣ ਆ ਗਈ ਟ੍ਰੇਨ ਬਾਜੀ ਦਾ ਨਹੀਂ ਦਿਖਾਉਣਾ ਆ ਦੇਖੋ ਇਹਦਾ ਸਟੇਅਰਿੰਗ ਹੈ ਵਿੱਚ ਆ ਦੇਖੋ ਦੇਖੋ ਕਿੱਡੇ ਕਿੱਡੇ ਪੁਆਇੰਟ ਨੇ ਇਹਨਾਂ ਦੇ ਦੇਖੋ ਥੱਲੇ ਤੋਂ ਦਿਖਾਉਣਾ ਇਹ ਆ ਲਿਖਿਆ ਵਾ ਇੰਜਨ ਇਹ ਹੈਗਾ ਭਾਫ ਇੰਜਨ ਮੁਰੰਮਤ ਕਾਰਿਆ ਪ੍ਰਗਤੀ ਪਰ ਹੈ ਕਿਰਪਿਆ ਇੰਜਨ ਕੇ ਨਜ਼ਦੀਕ ਨਾ ਆਏ ਇਹ ਕਹਿੰਦੇ ਭਾਫ ਵਾਲਾ ਇੰਜਨ ਹੈ ਜਿਹੜਾ ਭਾਫ ਨਾਲ ਚੱਲਦਾ ਹੁੰਦਾ ਸੀਗਾ ਅਤੇ ਬਾਕੀ ਤੁਹਾਨੂੰ ਨੇੜੇ ਤੋਂ ਦਿਖਾਉਣਾ ਅੱਗੇ ਤੋਂ ਜਾ ਕੇ ਹੋਰ ਵਧੀਆ ਤਰੀਕੇ ਨਾਲ ਇਹ ਸਭ ਤੋਂ ਪਹਿਲਾਂ ਇੰਜਨ ਨੇ ਭਾਫ ਨਾਲ ਚੱਲਦੇ ਤੇ ਅੱਛਾ ਜੇ ਕਹਿੰਦੇ ਇੱਕ ਚੀਜ਼ ਹੋਰ ਸੁਣੀ ਆ ਮੈਂ ਜੇ ਕਹਿੰਦੇ ਕਿਸੇ ਨੂੰ ਵੀ ਬਹੁਤ ਪੁਰਾਣੀ ਖੰਘ ਹੈ ਵੀ ਖੰਘ ਹਟ ਨਹੀਂ ਰਹੀ ਕਿਸੇ ਨੂੰ ਵੀ ਛਾਤੀ ਜਾਮ ਰਹਿੰਦੀ ਆ ਵੀ ਖੰਘ ਠੀਕ ਨਹੀਂ ਹੁੰਦੀ ਕਹਿੰਦੇ ਵੀ ਇਹ ਇੰਜਣ ਦਾ ਕਹਿੰਦੇ ਪਾਣੀ ਲੈ ਜਾਂਦੇ ਹੁੰਦੇ ਅਤੇ ਅੱਗੇ ਬਜ਼ੁਰਗ ਵੀ ਇਹਦਾ ਪਾਣੀ ਵੀ ਹਾਂ ਭਾਈ ਸਾਨੂੰ ਦੇਖੋ ਕਿੱਡੇ ਕਿੱਡੇ ਨੇ ਇਹਦੇ ਕੇ ਦੇਖੋ ਇਹਦਾ ਪੇਂਟ ਪੂੰਟ ਕਰਕੇ ਖੜਾਈ ਵੀ ਆ ਦੇਖੋ ਕਿਹਦੀਆਂ ਕਮਾਣੀਆਂ ਕਮੂਣੀਆਂ ਆ ਲੱਗੀਆਂ ਹੋਈਆਂ ਨੇ ਆਹ ਥੱਲੇ ਸੰਗਲ ਦੇਖੋ ਜਿਹੜਾ ਇਹਨਾਂ ਨੂੰ ਆਹ ਟੂਚਨ ਪਾਇਆ ਵਾ ਦੇਖੋ ਆਹ ਸੰਗਲ ਟੂਚਨ ਆਹ ਕਮਾਣੀਆਂ ਨੇ ਇਹਦੀਆਂ ਕਮਾਣੀਆਂ ਲੱਗੀਆਂ ਹੋਈਆਂ ਨੇ ਅਤੇ ਆਹ ਸੀਟ ਆ ਜਿੱਥੇ ਡਰਾਈਵਰ ਬੈਠਦਾ ਤਾ ਅਤੇ ਉਹ ਡਰਾਈਵਰ ਦੀ ਜਿਹੜਾ ਸਟੇਅਰਿੰਗ ਆ ਜਿੱਥੇ ਬੈਠ ਕੇ ਡਰਾਈਵਰ ਚਲਾਉਂਦਾ ਹੁੰਦਾ ਉੱਗਾ ਇਹਦੀ ਛੱਤ ਦੇਖੋ ਉੱਪਰ ਲੱਕੜ ਲੱਗੀ ਹੋਈ ਆ ਵੀ ਤਪੇ ਨਾ ਵੀ ਇਹਦੀ ਛੱਤ ਜ਼ਿਆਦਾ ਗਰਮ ਨਾ ਹੋਵੇ ਇਹ ਚੀਜ਼ਾਂ ਨੂੰ ਧਿਆਨ 'ਚ ਰੱਖਦੇ ਹੋਏ ਬਣਾਈ ਹੈ ਦੇਖੋ ਕਿੰਨੀ ਮਜ਼ਬੂਤ ਚੀਜ਼ ਹੈ ਕਮਾਲ ਦੀ ਗੱਲ ਹੈ ਬਾਈ ਇਹ ਖੜੀਆ ਅੰਬਾਲੇ ਅੰਬਾਲੇ ਕੈਂਟ ਅਤੇ ਇਹ ਅੰਬਾਲੇ ਕੈਂਟ ਦਾ ਜਿਹੜਾ ਆਪਣਾ ਰੇਲਵੇ ਸਟੇਸ਼ਨ ਹੈ ਠੀਕ ਹੈ ਜੀ ਅਤੇ ਹੁਣ ਆਪਾਂ ਨੇ ਇਹ ਟ੍ਰੇਨ ਮੈਂ ਤੁਹਾਨੂੰ ਦਿਖਾਉਣ ਵਾਸਤੇ ਆਇਆ ਤਾ ਉਹਦੇ ਸਪੈਸ਼ਲ ਟ੍ਰੇਨ ਮੈਂ ਤੁਹਾਨੂੰ ਦਿਖਾਤੀ ਅਤੇ ਹੁਣ ਆਪਾਂ ਚੱਲਦੇ ਹਾਂ ਆਪਣੀ ਗੱਡੀ 'ਚੋਂ ਨਵੀਂ ਗੱਡੀ ਜਾ ਕੇ ਹੋਰ ਦੇਖਦੇ ਹਾਂ ਕੋਈ ਆਪਾਂ ਨੂੰ ਕੋਈ ਵਧੀਆ ਚੀਜ਼ ਦੇਖਣ ਨੂੰ ਮਿਲੀ ਅੰਬਾਲੇ ਦੀ ਤਾਂ ਜ਼ਰੂਰ ਦੇਖਾਂਗੇ ਬਾਏ ਬਾਏ ਕਰਦੀ ਆਪਾਂ ਟ੍ਰੇਨ ਨੂੰ ਬਾਏ ਆਪਾਂ ਆਪਣੀ ਗੱਡੀ 'ਚ ਬੈਠੀਏ ਅੰਬਾਲੇ ਦਾ ਅੰਬਾਲਾ ਕੈਂਟ ਦਾ ਰੇਲਵੇ ਸਟੇਸ਼ਨ ਆ ਦੇਖੋ ਇੱਕ ਆ ਖੜਾ ਹਾਂ ਇੱਕ ਆ ਖੜਾ ਦੇਖੋ ਇਹ ਆ ਦੇਖੋ
ਡੀਜ਼ਲ ਇੰਜਨ ਹੈ, ਇਹ ਡੀਜ਼ਲ ਇੰਜਨ ਹੈ, ਇਹ ਵੀ ਪੁਰਾਣਾ ਇੰਜਨ ਹੈ। ਹਾਂ ਉਹ ਪਰ ਡੀਜ਼ਲ ਇੰਜਨ ਉਹ ਭਾਫ ਵਾਲਾ ਇੰਜਨ ਇਹ ਹਾਂ ਉਹ ਭਾਫ ਵਾਲਾ ਸੀਗਾ, ਇਹ ਡੀਜ਼ਲ ਇੰਜਨ ਹੈ। ਇਹ ਆਹ ਦੇਖੋ ਆਹ ਸਟੇਸ਼ਨ ਆ ਗਿਆ, ਸਾਰਾ ਡਿਜੀਟਲ ਕਰਤਾ ਹੁਣ ਤਾਂ ਡਿਜੀਟਲ ਹੋ ਗਿਆ ਸਾਰਾ ਇਹ। ਦੇਖੋ ਕਿੰਨੀ ਦੁਨੀਆ ਬਾਈ ਉਰੇ, ਕਿਉਂਕਿ ਬਹੁਤ ਵੱਡਾ ਸ਼ਹਿਰ ਹੈ ਉਰੇ, ਤਾਂ ਹੀ ਇੰਨੀ ਦੁਨੀਆ ਬਾਈ ਦੂਰ ਦੂਰ ਤੋਂ ਉਰੇ ਆ ਕੇ ਪਿੰਡਾਂ 'ਚੋਂ ਲੋਕ ਉਰੇ ਚੜ੍ਹਦੇ ਹੋਣੇ, ਉਰੇ ਉਤਰਦੇ ਹੋਣੇ। ਇਹ ਆਹ ਆਹ ਪੌੜੀਆਂ ਚੜੀਆਂ ਨੇ। ਅੱਛਾ ਜੀ, ਅੱਛਾ ਆਹ ਪੌੜੀਆਂ ਨੇ, ਆਹ ਪੌੜੀਆਂ ਉਰੇ ਅੱਛਾ ਦੂਈਵੀਆਂ ਨੇ, ਇਲੈਕਟ੍ਰੋਨਿਕ ਪੌੜੀਆਂ ਨੇ। ਅੱਛਾ ਇਹ ਵੀ ਵਧੀਆ, ਦੇਖੋ ਆਹ ਪੁਲ ਜਿਹਨੂੰ ਜਿਵੇਂ ਕੋਈ ਸਿਆਣਾ ਲਿਫਟ ਵਾਲੀਆਂ ਪੌੜੀਆਂ ਨੇ, ਜਿਹਤੋਂ ਨਹੀਂ ਚੜ੍ਹਿਆ ਜਾਂਦਾ ਉਹ ਫਿਰ ਇਹਦੇ 'ਚ ਚੜ੍ਹਦਾ ਹੈਗਾ ਵਾ, ਜਿਵੇਂ ਕੋਈ ਬਜ਼ੁਰਗ ਹੈ ਤੁਰਿਆ ਨਹੀਂ ਜਾਂਦਾ ਉਹਦੇ ਵਾਸਤੇ ਆ ਇਹ। ਦੇਖੋ ਯਾਰ ਸਟੇਸ਼ਨ ਤਾਂ ਬੜਾ ਘੈਂਟ ਬਣਾ ਤਾ ਯਾਰ, ਇਹ ਹੁਣ ਪ੍ਰਾਈਵੇਟ ਕਰਤੇ ਨਾ, ਹੈ ਨਾ, ਪਹਿਲੇ ਤਾਂ ਪਹਿਲਾਂ ਤਾਂ ਇਸ ਤਰ੍ਹਾਂ ਹੀ ਹੈ। ਅੱਛਾ ਬਹੁਤ, ਇਹ ਤਾਂ ਬਹੁਤ ਬੜਾ ਸਟੇਸ਼ਨ ਹੁੰਦਾ, ਹਰੇਕ ਟ੍ਰੇਨ ਰੁਕਦੀ ਉਰੇ। ਹਾਂ ਇਹ ਉਰੇ ਹਰੇਕ ਟ੍ਰੇਨ ਰੁਕਦੀ ਹੈ, ਇਹੀ ਕੋਈ ਟ੍ਰੇਨ ਨਹੀਂ ਸਰਹੰਦ ਵੀ ਹਰੇਕ ਟ੍ਰੇਨ ਰੁਕਦੀ ਹੈ। ਹਾਂ ਜਿਹੜੀ ਨਾ ਰੁਕਦੀ ਹੋਵੇ ਉਰੇ ਸਰਹੰਦ ਨੂੰ ਅੱਧਾ ਪੰਜਾਬ ਥਾਣਾ, ਜਿਹੜਾ ਰੇਲਵੇ ਸਰਹੰਦ ਵੀ ਰੁਕਦੀ ਹੈ, ਜਿਹੜਾ ਰੇਲਵੇ ਥਾਣਾ ਸਰਹੰਦ ਦਾ ਉਹਨੂੰ ਅੱਧਾ ਪੰਜਾਬ ਅਟੈਚ ਹੈ। ਪੂਰਨ ਸਿੰਘ ਦੀ ਵੀ ਤੁਸੀਂ ਪੁਰਾਣੀ ਦੀ ਐਡਿਸ ਮਾਰ ਕੋਰ ਕਾਪੇ ਦੀ ਵੀ ਪੂਰਨ ਸਿੰਘ ਦਾ ਕਾਣਾ ਕਾਣਾ ਲਾਣਾ ਹੈ ਬਣਾਉਣੀ ਦੀ ਹੈ ਨਾ। ਹਾਂ ਅਸੀਂ ਬਾਈ ਹੁਣ ਉਸ ਤੇ ਲਾਈਕ ਬਹੁਤ ਮਿਲਦੇ ਆ ਹੁਣ ਦਾ, ਅਸੀਂ ਨਾ ਚਲੋ ਮੈਂ ਵੀਡੀਓ ਬਣਾਉਣੀ ਉੱਥੇ ਮੈਂ ਭੁੱਲ ਗਿਆ, ਅਸੀਂ ਪੂਰਨ ਸਿੰਘ ਦੇ ਉਹਨੇ ਰੋਟੀ ਖਾ ਕੇ ਆਏ ਹਾਂ ਵਾਲੇ, ਬੜਾ ਨਾਂ ਸੁਣਿਆ ਤਾਂ ਵੀ ਪੂਰਨ ਸਿੰਘ ਬੜੀ ਵਧੀਆ ਰੋਟੀ ਖਾਉਂਦਾ, ਜਾਣੀ ਕਿ ਉਹ ਮਸ਼ਹੂਰ ਆ ਚਿਕਨ ਜਾਂ ਮਟਨ ਵੀ ਬਹੁਤ ਜ਼ਿਆਦਾ, ਬਹੁਤ ਪੁਰਾਣੀ ਦੁਕਾਨ ਆ, ਵਧੀਆ ਬਣਾਉਂਦਾ ਮਟਨ ਜ਼ਿਆਦਾ ਫੇਮਸ ਔਰ ਬਹੁਤ ਸੱਚੀ ਗੱਲ ਆ ਵੀ ਅੱਜ ਅਸੀਂ ਖਾ ਕੇ ਆਏ ਵੀ ਬਾਕੀ ਬੜਾ ਵਧੀਆ ਬਣਾਉਂਦਾ ਮਟਨ, ਬਹੁਤ ਸੋਹਣਾ ਬਣਾਉਂਦਾ। ਤੁਸੀਂ ਵੀ ਜੇ ਕਿਤੇ ਕੀੜਾ ਲੱਗਿਆ ਤਾਂ ਜ਼ਰੂਰ ਆਇਓ ਤਾਂ ਪੂਰਨ ਸਿੰਘ ਦੇ ਖਾ ਕੇ ਦੇਖਿਓ, ਬੜਾ ਵਧੀਆ। ਪੂਰਨ ਸਿੰਘ ਦੀਆਂ ਦੁਕਾਨਾਂ ਬਹੁਤ ਥਾਂ ਲਿਖਿਆ ਹੋਇਆ ਨਾ, ਪੂਰਨ ਸਿੰਘ ਦੀ ਦੁਕਾਨ ਹੈ ਪੂਰਨ ਸਿੰਘ ਦੀ, ਪਰ ਅਸਲੀ ਹੈ ਜਿਹੜੀ ਉਹ ਇੱਕੋ ਹੈ, ਉਹ ਸ਼ੂਟ ਕਰਨਾ ਤਾਂ ਆਪਾਂ ਨੇ ਗਲਤੀ ਕਰਤੀ ਉਹਨਾਂ। ਚਲੋ ਕੋਈ ਨਾ ਭਾਜੀ, ਲੈ ਬਾਈ। ਅੱਛਾ ਆਹ ਇੱਧਰ ਨੂੰ ਚਲੇ ਜਾਂਦਾ ਉਹ ਸ਼ਹਿਰ 'ਚ ਨੂੰ, ਹੈ ਨਾ, ਆਹ ਰੋਡ ਹੈ ਜਿਹੜਾ ਇੱਧਰ, ਨਹੀਂ ਇਹ ਚਲਾ ਜਾਂਦਾ ਇੱਧਰ, ਇੱਧਰ ਪਿੰਡ ਪਿੰਡ ਵਗੈਰਾ ਪੜ ਜਾਂਦਾ ਨਾ ਅੱਗੇ। ਅੱਛਾ ਅੱਗੇ ਪਿੰਡ ਆ ਗਏ, ਠੀਕ ਹੈ ਠੀਕ ਹੈ। ਕੂੜਾ ਕੂੜਾ 'ਚ ਇੱਧਰ ਪਿੰਡ ਪੜ ਜਾਂਦਾ, ਆਹ ਉਰੇ ਉਹ ਹੈ ਨਾ ਉਰੇ ਆਹ ਯਾਰਡ ਹੈ, ਯਾਰਡ। ਅੱਛਾ 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 ਯਾਰਡ ਹੈ, ਯਾਰਡ ਰੇਲਵੇ ਯਾਰਡ, ਰੇਲਵੇ ਯਾਰਡ। ਆਓ ਜੀ ਹੁਣ ਅਸੀਂ ਦਿੱਲੀ ਵਾਲੇ ਰੋਡ 'ਤੇ ਆ ਗਏ ਫਿਰ ਵਾਪਸ, ਦਿੱਲੀ ਅੰਮ੍ਰਿਤਸਰ ਹਾਈਵੇ। ਇੱਕ ਨੰਬਰ ਇਹੀ ਹੈ ਨਾ, NH1 ਹੈ ਨਾ, ਇਹ NH1 ਹੈ, ਸਭ ਤੋਂ ਪਹਿਲਾਂ ਜਾਣੀ ਕਿ ਇਹੀ ਰੋਡ ਬਣਿਆ ਤਾ, ਇਹਦਾ ਨਾਂ ਤਾਂ ਸ਼ੇਰ ਸ਼ਾਹ ਸੂਰੀ ਮਾਰਗ ਹੈ ਨਾ, ਉਹੀ ਹੈ ਇਹੀ ਰੋਡ ਦਾ ਜਿਹੜਾ ਸਭ ਤੋਂ ਪਹਿਲਾਂ ਹਿੰਦੁਸਤਾਨ 'ਚ ਜਿਹੜਾ ਰੋਡ ਨਿਕਲਿਆ ਤਾ ਉਹ ਇਹ ਸੀਗਾ, ਇਹ NH1 ਇਹੀ ਹੈ ਵਾਲਾ ਕੈਂਟ ਸੀਗਾ ਇਹ ਕੈਂਟ ਵਾਲਾ। ਹੁਣ ਇੱਕ ਨੇ ਵਾਲਾ ਸਿਟੀ ਆ ਇਹ ਕੈਂਟ ਉਹ ਸੀਗਾ ਹਨਾ, ਫਿਰ ਇੱਥੇ ਤਾਂ ਨਾ ਜਿੰਨੇ ਵੀ ਫੌਜੀਆਂ ਦਾ ਸਾਰਾ ਜਗਾੜ ਬੜਾ ਤਕੜਾ ਹੋਣਾ ਉਰੇ ਹਨਾ। ਚੰਡੀਗੜ੍ਹ ਰੇਲਵੇ ਲਾਈਨ ਆ ਗਈ ਹੈ ਨਾ,
ਇਹ ਰੇਲਵੇ ਲਾਈਨ ਦੇ ਉੱਪਰ ਦੀ ਘੁਮਾਇਆ ਵਾ? ਹਾਂ ਹਾਂ, ਚੜੀ ਚੰਡੀ ਨੂੰ ਜਾਂਦੀ ਆ। ਓਕੇ, ਇਹਦੇ ਨਾਲ ਨਾਲ ਜਿਹੜੀ ਜਾ ਰਹੀ ਆ ਉਹ ਅੰਮ੍ਰਿਤਸਰ ਵਾਲੀ ਵੀ ਆ। ਮੈਨੂੰ ਹਰਿਆਣਾ ਬਹੁਤ ਪਸੰਦ ਹੈ, ਹਰਿਆਣਾ ਮੈਨੂੰ ਸੱਚੇ ਬਹੁਤ ਪਸੰਦ ਹੈ। ਮੈਨੂੰ ਹਰਿਆਣੇ ਦਾ ਨਾਂ ਨਾਲੇ ਬੜਾ ਚੌਂ ਚੜ ਜਾਂਦਾ, ਹਰਿਆਣੇ ਦਾ ਨਾਂ ਸੁਣ ਕੇ। ਮੈਨੂੰ ਹਰਿਆਣੇ ਦੇ ਲੋਕ ਬਹੁਤ ਪਿਆਰੇ ਲੱਗਦੇ ਨੇ, ਇੱਕ ਤਾਂ ਬੋਲਦੇ ਬਹੁਤ ਸੋਹਣਾ ਨੇ, ਹੈ ਨਾ। ਬਾਕੀ ਹਰਿਆਣੇ 'ਚ ਵੜ ਜਾ ਮੈਂ, ਜੀ ਜਿਹਾ ਲੱਗ ਜਾਂਦਾ ਹਰਿਆਣੇ 'ਚ। ਆਪਣੀ ਆਪਣੀ ਚੋਇਸ ਹੈ। ਹਰਿਆਣੇ ਦੇ ਲੋਕ ਨਾ ਉੱਧਰ ਦੇ ਬੜੇ ਘੈਂਟ ਦੇ ਬੜੇ ਸਾਫ ਲੋਕ, ਮੈਂ ਦੇਖਿਆ। ਹੁਣ ਜਦ ਦੇਖੋ ਆਪਣੇ ਪੰਜਾਬ ਜਦ ਆਏ ਆਪਣੇ ਬਾਰਡਰ 'ਤੇ, ਹਰਿਆਣੇ ਵਾਲੇ ਕਿਵੇਂ ਕੁੱਤ ਕੁੱਤ ਗਏ ਨੇ ਮਦਦ ਕਰਨ। ਅੱਜ ਨਾ ਇੱਕ ਚੀਜ਼ ਦਿਖਾਉਣੀ ਆ, ਖਾਸ ਚੀਜ਼, ਜਿਹੜਾ ਅੰਬਾਲਾ ਸ਼ਹਿਰ ਹੈ, ਜਿਹੜਾ ਜਿਵੇਂ ਜਿਸਦੇ ਨਾਂ 'ਤੇ ਵਸਿਆ ਸ਼ਹਿਰ, ਜਿਸਦੇ ਨਾਂ 'ਤੇ ਸ਼ਹਿਰ ਦਾ ਨਾਮ ਪਿਆ ਅੰਬਾਲਾ, ਉਹ ਤੁਹਾਨੂੰ ਦਿਖਾਉਣ ਵਾਸਤੇ ਲੈ ਕੇ ਆਇਆ ਇੱਥੇ, ਅਤੇ ਉਹ ਦਿਖਾਉਂਦੇ ਹਾਂ ਤੁਹਾਨੂੰ ਹੁਣ। ਇਹ ਹੈ ਮਾਤਾ ਦਾ, ਉਰੇ ਅੰਬਾਲੀ ਮਾਤਾ ਦਾ ਮੰਦਰ ਹੈ, ਮੈਂ ਦਿਖਾਉਣਾ। ਦੇਖੋ ਅੰਬਿਕਾ ਮਾਤਾ, ਸ਼੍ਰੀ ਅੰਬਿਕਾ ਦੇਵੀ ਜੀ, ਇਹ ਮਾਤਾ ਜੀ ਆ, ਜੈ ਮਾਤਾ ਦੀ। ਇਹ ਮਾਤਾ ਜੀ ਦੇ ਨਾਂ 'ਤੇ ਹੀ, ਆਹ ਦੇਖੋ, ਇਹ ਮਾਤਾ ਜੀ ਦੇ ਨਾਂ 'ਤੇ ਹੀ ਅੰਬਾਲਾ ਸ਼ਹਿਰ ਦਾ ਨਾਮ ਪੜਿਆ, ਅੰਬਾਲਾ ਅੰਬਿਕਾ ਦੇਵੀ। ਨਾਮ 'ਤੇ ਪਿਆ ਆ ਮਾਤਾ ਅੰਬਿਕਾ ਦੇਵੀ, ਮਾਤਾ ਸ਼੍ਰੀ ਅੰਬਿਕਾ ਦੇਵੀ। ਆਹ ਵੀ ਗੇਟ ਉਹਨਾਂ ਦਾ ਹੀ ਲੱਗਦਾ, ਇਹਨਾਂ ਦਾ ਹੀ ਹੈ। ਉਹ ਦੇਖੋ ਮਾਤਾ ਰਾਣੀ ਆ, ਜੈ ਹੋ ਮਾਤਾ ਰਾਣੀ। ਅੰਬਾਲਾ ਸ਼ਹਿਰ ਇਸ ਮਾਤਾ ਦੇ ਨਾਂ 'ਤੇ ਵਸਿਆ ਹੋਇਆ ਹੈ, ਸ਼੍ਰੀ ਅੰਬਿਕਾ ਦੇਵੀ, ਮਾਤਾ ਅੰਬਿਕਾ। ਦੇਖੋ ਸ਼੍ਰੀ ਅੰਬਿਕਾ ਦੇਵੀ ਮੰਦਰ ਇਹ ਆ। ਚਲੋ ਜੀ, ਲਓ ਜੀ, ਹਾਂ ਹੋ ਗਿਆ। ਤੇ ਇਹ ਮਾਤਾ ਜੀ ਨੇ ਜਿਨ੍ਹਾਂ ਦੇ ਨਾਮ ਤੇ ਅੰਬਾਲਾ ਸ਼ਹਿਰ ਦਾ ਨਾਮ, ਇਹਦੇ ਇਹਨਾਂ ਦੇ ਨਾਮ 'ਤੇ ਇਹ ਸ਼ਹਿਰ ਵਸਿਆ ਹੋਇਆ ਮਾਤਾ ਅੰਬਿਕਾ ਜੀ ਦਾ। ਇਹ ਅੰਬਾਲਾ ਸ਼ਹਿਰ ਹੈ, ਸ਼ਹਿਰ ਅੰਬਾਲਾ ਸ਼ਹਿਰ, ਪਹਿਲਾਂ ਜਿੱਥੋਂ ਆਏ ਸੀਗੇ ਉਹ ਕੈਂਟ ਸੀਗਾ, ਇਹ ਸ਼ਹਿਰ ਹੈ। ਐਤਵਾਰ ਨੂੰ ਵੀ ਫਿਰਦੀ ਹੈ ਪੀ ਕੇ ਆਰ, ਅੱਛਾ ਕਿਸੇ ਬਾਟਿਕਾ, ਇੱਕ ਸਕੂਲ ਬੱਸ ਹੈ ਵੀ, ਸੰਡੇ ਨੂੰ ਵੀ ਫਿਰਦੀ ਹੈ। ਕਿੰਨੇ ਸੰਡੇ ਨੂੰ ਕਿਵੇਂ ਕਿਵੇਂ ਘੁੰਮ ਰਹੇ ਨੇ ਟੀਚਰਾਂ ਟੂਚਰਾਂ ਦੀ ਕੋਈ ਮਾੜੀ ਮੀਟਿੰਗ ਮੀਟਿੰਗ ਹੋਣੀ, ਕੋਈ ਪ੍ਰੋਗਰਾਮ ਹੋਣਾ, ਪ੍ਰੋਗਰਾਮ ਹੋਣਾ, ਬੱਚੇ ਹੋਏ ਬੱਚੇ ਬਸ ਬਸ। ਲੈ ਭਾਈ ਬੰਦੇ ਨੇ ਗੱਡੀ ਕਿੰਨੀ ਕੱਤ ਲਾਈ ਹੋਈ ਦੇਖ ਉਸ ਨੇ, ਹੋਰ ਕੀ ਨਾਲੇ ਐਣ ਚਾਉਂ ਜੋਸ ਪੀ ਗਿਆ ਦੱਸੋ ਉੱਤੇ ਖੜਾ ਵੀ ਤੇਰੇ ਕਰਕੇ ਲੋਕ ਹੈਰਾਨ ਹੋ ਰਹੇ ਨੇ। ਚੱਲਾ ਸਦਾਈ ਸ਼ਿਵ ਜੀ ਦਾ ਮੰਦਰ ਵੀ ਪ੍ਰਾਚੀਨ ਮੰਦਰ ਹੈ। ਅੱਛਾ, ਇਹ ਵੀ ਅੱਛਾ, ਬਹੁਤ ਬੜਾ ਹੈ ਨਾ, ਇਹ ਉਰੇ ਦੁਸਹਿਰੇ ਦਾ ਮੇਲਾ ਵੀ ਉਰੇ ਉਰੀ ਭਰਦਾ। ਅੱਛਾ,
ਅੰਬਾਲੇ ਦਾ ਜਿਹੜਾ ਦੁਸਹਿਰੇ ਦਾ ਮੇਲਾ ਉਹ ਉਰੇ ਭਰਦਾ। ਅੱਛਾ ਇਹ ਹੈ ਬੜਾ ਬਾਈ ਬੜਾ, ਹਾਂ ਸ਼ਿਵ ਜੀ ਦਾ ਪ੍ਰਾਚੀਨ ਮੰਦਿਰ ਹੈ। ਅੱਛਾ ਬਹੁਤ ਤਕੜਾ ਮੰਦਿਰ ਹੈ ਵੀ ਬਾਈ, ਉਹ ਕਾਫੀ ਦੂਰ ਤੱਕ ਹੈ ਹੋਰ ਕਾਸਾ ਬੜਾ। ਹਾਂ ਪ੍ਰਾਚੀਨ ਮੰਦਿਰ ਹੈ ਪਰ ਵੈਸੇ ਯਾਰ ਅੰਬਾਲਾ ਕੱਟਦਾ ਪਿੱਛੋਂ ਬਹੁਤ ਵਧੀਆ ਸ਼ਹਿਰ ਦਾ, ਪੰਜਾਬ ਦਾ ਖੂਬਸੂਰਤ ਵਧੀਆ ਸ਼ਹਿਰ ਦਾ। ਚਲੋ ਲੋਕ ਤਾਂ ਫਿਰ ਵੀ ਪੰਜਾਬੀ ਹੋ ਨੇ। ਲਓ ਜੀ ਹੁਣ ਅੱਛਾ ਚਿੜੀਆਂ ਤੋਂ ਜੇ ਬਾਜ ਲੜਾਵਾਂ ਤਦੇ ਗੋਬਿੰਦ ਸਿੰਘ ਨਾਮ ਧਰਾਵਾਂ। ਹਾਂ ਅੱਛਾ ਜਿਹੜੀ ਵਾਕਿਆ ਹੈਗਾ ਘਟਨਾ ਹੈ ਇਹ ਅੰਬਾਲੇ ਸ਼ਹਿਰ ਦੀ ਹੈ। ਅੱਛਾ ਇਹ ਅੰਬਾਲੇ ਸ਼ਹਿਰ ਦੀ ਹੈ, ਅੰਬਾਲੇ ਸ਼ਹਿਰ 'ਚ ਹੀ ਹੋਇਆ ਸੀਗਾ। ਅੱਛਾ ਇੱਥੇ ਇੱਥੋਂ ਤੋਂ ਮਤਲਬ ਕਿ ਆਪਾਂ 2 ਕਿਲੋਮੀਟਰ ਦੂਰ ਬਾਦਸ਼ਾਹੀ ਬਾਗ ਸੀਗਾ, ਰਾਜਾ ਦਾ ਬਾਗ ਸੀਗਾ। ਅੱਛਾ ਰਾਜਾ ਦਾ ਉਹਨੂੰ ਕਹਿੰਦੇ ਸੀ ਬਾਦਸ਼ਾਹੀ ਬਾਗ। ਅੱਛਾ ਬਾਦਸ਼ਾਹੀ ਬਾਗ, ਉੱਥੇ ਹੁਣ ਗੁਰਦੁਆਰਾ ਸਾਹਿਬ ਬਣਿਆ ਹੋਇਆ ਬਾਦਸ਼ਾਹੀ ਬਾਗ। ਅੱਛਾ ਉੱਥੇ ਗੁਰੂ ਗੋਬਿੰਦ ਸਿੰਘ ਜੀ ਆਪਣਾ ਬਾਜ ਲੈ ਕੇ ਬੈਠੇ ਸੀਗੇ। ਅੱਛਾ ਤੇ ਮਤਲਬ ਕਿ ਉੱਥੇ ਰੈਸਟ ਕਰਦੇ ਸੀਗੇ, ਆਰਾਮ ਕਰ ਰਹੇ ਸੀਗੇ। ਹਾਂ ਤੇ ਜਿਹੜਾ ਬਾਦਸ਼ਾਹ ਸੀਗਾ ਉਹ ਵੀ ਇੱਕ ਬਾਜ ਰੱਖਦਾ ਹੁੰਦਾ ਸੀਗਾ, ਉਹਨੂੰ ਬਾਜ ਰੱਖਣ ਦਾ ਸ਼ੌਂਕ ਸੀਗਾ। ਅੱਛਾ 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 ਤੇ ਉਹਨੇ ਮਹਾਂਗੁਰੂ ਗੁਰੂ ਜੀ ਨੂੰ ਮਤਲਬ ਕਿ ਚੈਲੰਜ ਕੀਤਾ ਵੀ ਤੁਸੀਂ ਵੀ ਆਪਣੇ ਬਾਜ ਨਾਲ ਵੀ ਮੇਰਾ ਬਾਜ ਦੀ ਲੜਾਈ ਕਰਾਓ। ਅੱਛਾ ਵੀ ਦੇਖਦੇ ਕਿਹਦਾ ਬਾਜ ਜ਼ਿਆਦਾ ਤਕੜਾ ਹੈ। ਗੁਰੂ ਜੀ ਨੂੰ ਕਹਿੰਦੇ? ਹਾਂ ਗੁਰੂ ਜੀ ਨੂੰ ਮਤਲਬ ਕਿ ਚੈਲੰਜ ਕਰਿਆ ਵੀ ਆਪਣਾ ਬਾਜ ਮੇਰੇ ਬਾਜ ਨਾਲ ਤੁਸੀਂ ਲੜਾਓ। ਹਾਂ ਅੱਛਾ ਤੇ ਗੁਰੂ ਜੀ ਨੇ ਅੱਗੇ ਹੱਸ ਕੇ ਮੁਸਕਰਾ ਕੇ ਜਵਾਬ ਦਿਆ ਵੀ ਇਹ ਤਾਂ ਵੀ ਕੋਈ ਮੁਕਾਬਲਾ ਨੀ ਹੋਇਆ, ਵੀ ਤੇਰਾ ਵੀ ਬਾਜ ਮੇਰਾ ਵੀ ਬਾਜ, ਵੀ ਸਵਾਦ ਦੀ ਗੱਲ ਤਾਂ ਇਹ ਹੈ ਜੇ ਬਰਾਬਰੀ ਦਾ ਟਕਰਾ ਹੋ ਗਿਆ ਵੀ ਸਵਾਦ ਤਾਂ ਹੈ ਵੀ ਮੇਰੀ ਚਿੜੀਆਂ ਤੇਰਾ ਬਾਜ, ਵੀ ਮੇਰੀ ਚਿੜੀ ਨਾਲ ਲੜਾ ਤੂੰ। ਹਾਂ ਉਹ ਕਹਿੰਦਾ ਕਹਿੰਦਾ ਚਲੋ ਠੀਕ ਹੈ ਜੀ। ਤੇ ਉਹ ਗੁਰੂ ਗੋਬਿੰਦ ਸਿੰਘ ਜੀ ਨੇ ਕਿਆ ਕਰਿਆ ਜੀ, ਪੇੜ ਤੋਂ 2 ਚਿੜੀਆਂ ਦਾ ਜੋੜਾ ਉਤਾਰਿਆ। ਅੱਛਾ ਉਹਨਾਂ ਨੂੰ ਬਕਾਇਦਾ ਅੰਮ੍ਰਿਤ ਛਕਾਇਆ ਉੱਥੇ। ਅੱਛਾ ਅੱਛਾ ਅੰਮ੍ਰਿਤ ਛਕਾ ਕੇ ਉੱਥੋਂ ਚਿੜੀਆਂ ਛੱਡਤੀਆਂ ਤੇ ਉਧਰ ਰਾਜੇ ਨੇ ਆਪਣਾ ਬਾਗ ਬਾਜ ਛੱਡਤਾ। ਅੱਛਾ ਉਹ ਬਾਜ ਉੱਥੋਂ ਲੜਦੇ 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 ਆਹ ਸਾਹਮਣੇ ਨਿਸ਼ਾਨ ਸਾਹਿਬ ਤੁਸੀਂ ਦੇਖ ਰਹੇ ਹੋ, ਆਹ ਗੁਰਦੁਆਰਾ ਸਾਹਿਬ, ਇੱਥੇ ਆ ਕੇ ਚਿੜੀਆਂ ਨੇ ਬਾਜ ਫੜ ਕੇ ਪੈਣ ਤੋਂ ਜੀ ਰਾਜੇ ਦਾ। ਇੱਥੇ ਗੁਰਦੁਆਰਾ ਸਾਹਿਬ ਇਹਦੀ ਸਾਰੀ ਕਥਾ ਵੀ ਲਿਖੀ ਹੋਈ ਅੰਦਰ ਬੋਰਡ ਦੇ ਉੱਪਰ ਸਾਰਾ। ਅੱਛਾ ਅੱਛਾ ਆ ਗੁਰਦੁਆਰਾ ਸੀ, ਮੈਂ ਬਾਜ ਲਾਣਾ ਸੀ ਬੋਰਡ ਦੇ ਪੜੇ ਉੱਪਰ ਕਿੱਥੇ ਚੁੱਕ ਰਹੇ ਗਏ। ਅੱਛਾ ਇਹ ਤੁਹਾਡਾ ਬਣਾ ਲਿਆ ਉਹ ਇਹਦੀ ਬੋਰਡ ਦੀ ਕਿੱਥੇ ਲਿਖਿਆ ਹੋਇਆ ਆ ਸਾਹਮਣੇ ਲਿਖਿਆ ਹੋਇਆ ਇੱਕ ਉੱਪਰ। ਆ ਆ ਇੱਕ ਮਿੰਟ ਉਹ ਚਿੜੀਆਂ ਸੇ ਜੇ ਬਾਜ ਲੜਾਵਾਂ ਤਾਂ ਵੀ ਗੋਬਿੰਦ ਸਿੰਘ ਨਾਮ ਕਰਾਵਾਂ ਨਾ। ਹਾਂ ਠੀਕ ਹੈ ਠੀਕ ਹੈ ਠੀਕ ਹੈ ਇੱਕ ਮਿੰਟ ਉਹ ਲਿਖਿਆ ਬਾਈ ਸਾਹਮਣੇ ਮੈਂ ਮਣਿਆ ਥੱਲੇ ਉੱਤਰ ਕੇ ਬਣਾ ਲਾ ਇੱਕ ਮਿੰਟ। ਹਾਂ ਉੱਤਰ ਜੋ ਉੱਤਰ ਮੜੀ ਬਣਾ ਲੈ ਮੈਂ ਅੱਗੇ ਅੱਗੇ ਲਾ ਲਾ ਲਓ ਤੁਸੀਂ ਇਹ ਇਤਿਹਾਸਿਕ ਗੁਰਦੁਆਰਾ ਜੀ ਇਹ। ਹੁਣ ਇਹ ਜਿਹੜਾ ਇੱਥੇ ਸ਼ਬਦ ਲਿਖਿਆ ਹੈ ਨਾ ਇਹ ਇੱਥੇ ਆ ਕੇ ਫਿਰ ਬਾਜ ਗੁਰੂ ਜੀ ਦੇ ਜਿਹੜੇ ਚਿੜੀਆਂ ਰਾਜਾ ਕਹਿੰਦਾ ਮੇਰੇ ਬਾਜ ਨਾਲ ਤੁਸੀਂ ਆਪਣੇ ਬਾਜ ਦਾ ਲੜਾਈ ਕਰਾਓ
ਉਹ ਕਹਿੰਦੇ ਤੁਸੀਂ ਅਸੀਂ ਚਿੜੀ ਨਾਲੇ ਲੜਾਈ ਕਰਾ ਲਾ ਤੇ ਚਿੜੀ ਨਹੀਂ ਦੇਖ ਲੋ ਤੁਸੀਂ ਅੱਜ ਮੈਨੂੰ ਪਹਿਲੀ ਵਾਰੀ ਇਹ ਗੱਲ ਦਾ ਪਤਾ ਲੱਗਿਆ ਚਿੜੀਆਂ ਦੇ ਜੋੜੇ ਨੂੰ ਚਿੜੀਆਂ ਨੂੰ ਫਿਰ ਬਕਾਇਦਾ ਅੰਮ੍ਰਿਤ ਛਕਾ ਕੇ ਫੇਰ ਭੇਜਿਆ ਬਿਲਕੁਲ ਚਿੜੀਆਂ ਨੇ ਦੇਖ ਲਾ ਬਾਜ ਨੂੰ ਹਰਾਤਾ ਤੇਰਾ ਬਾਜ ਫੇਰ ਓਹਨੂੰ ਇਹ ਦਿਖਾਇਆ ਦਰਖਤ ਚੋ ਬਾਗ ਚੋ ਚਿੜੀਆਂ ਦਾ ਜੋੜਾ ਤਾਰਾ ਸੀ ਦਰਖਤ ਤੋਂ ਦੇਖ ਲੈ ਗੁਰੂ ਗੋਬਿੰਦ ਸਿੰਘ ਜੀ ਨੇ ਓਹਨਾ ਨੂੰ ਅੰਮ੍ਰਿਤ ਛਕਾ ਕੇ ਛੱਡਿਆ ਕਮਾਲ ਕਰਤੀ ਬਾਈ ਤਾਂ ਹੀ ਫਿਰ ਕਿਹਾ ਤਾ ਉਹਨਾਂ ਨੇ ਵੀ ਚਿੜੀਆਂ ਨਾਲ